ਲੁਧਿਆਣਾ ਦੇ ਭੈਣੀ ਸਾਹਿਬ ਵਿਖੇ ਬਸੰਤ ਪੰਚਮੀ ਅਤੇ ਸਤਿਗੁਰ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕਰਵਾਇਆ ਗਿਆ, ਜਿੱਥੇ ਸੰਗਤਾਂ ਨੂੰ ਕੀਰਤਨ ਦਾ ਸ੍ਰਵਣ ਕਰਵਾਇਆ ਗਿਆ। ਉੱਥੇ ਅਰਦਾਸ ਉਪਰੰਤ ਸੰਗਤਾਂ ਨੇ ਗੁਰੂ ਕਾ ਲੰਗਰ ਵੀ ਛਕਿਆ। ਇਸ ਦੌਰਾਨ ਨਾਮਧਾਰੀ ਆਗੂਆਂ ਵੱਲੋਂ ਸਤਿਗੁਰ ਰਾਮ ਸਿੰਘ ਦੇ ਜੀਵਨ ਬਾਰੇ ਚਾਨਣਾ ਵੀ ਪਾਇਆ ਗਿਆ। ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਹਿੱਸਾ ਲੈਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਜਿਨ੍ਹਾਂ ਨੇ 1857 ਤੋਂ ਦੇਸ਼ ਦੀ ਆਜ਼ਾਦੀ ਵਾਸਤੇ ਉਹ ਲਹਿਰ ਸ਼ੁਰੂ ਕੀਤੀ ਅਤੇ ਬਹੁਤ ਹੀ ਸਿੱਖ ਤੋਪਾਂ ਨਾਲ ਉਡਾਏ ਗਏ, ਫਾਂਸੀਆਂ ਦੇ ਨਾਲ ਝੂਲੇ ਔਰ ਬੜੇ ਹੀ ਕਾਲੇ ਪਾਣੀ ਲਿਜਾ ਕੇ ਮਾਰੇ ਗਏ ਅੰਗਰੇਜ਼ਾਂ ਵੱਲੋਂ। ਔਰ ਉਹਨਾਂ ਹੀ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੀ ਕਿਰਪਾ ਹੈ, ਹੁਕਮ ਕਰਦੇ ਸੀ। ਇਹ ਕਰਤਾਰ ਸਿੰਘ ਸਰਾਭੇ ਹੋਣੀ ਵੀ ਸਾਡੇ 'ਚੋਂ ਨੇ, ਸਰਦਾਰ ਭਗਤ ਸਿੰਘ ਹੋਣੀ ਵੀ ਸਾਡੇ 'ਚੋਂ ਨੇ। ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਔਰ ਬਹੁਤ ਵੱਡਾ ਪਰਉਪਕਾਰ ਸੱਚ ਪਾਤਸ਼ਾਹ ਨੇ ਔਰਤਾਂ ਵਾਸਤੇ ਕੀਤਾ, ਜਿਹਦੇ ਵਿੱਚ ਵਿਧਵਾ ਵਿਆਹ, ਬਾਲ ਵਿਵਾਹ ਬੰਦ ਕਰਕੇ, ਦਾਜ ਦੀ ਪ੍ਰਥਾ ਬੰਦ ਕਰਕੇ ਬੱਚੀਆਂ ਨੂੰ ਮਾਰਨੋਂ ਹਟਾਇਆ। ਸੋ ਅੱਜ ਅਸੀਂ ਉਹ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉਹਨਾਂ ਦੀ ਯਾਦ ਸਾਰਿਆਂ ਨੂੰ ਤਾਜ਼ੀ ਕਰਵਾ ਰਹੇ ਹਾਂ, ਤਾਂ ਕਿ ਅਸੀਂ ਵੀ ਉਹਨਾਂ ਦੇ ਰਸਤੇ 'ਤੇ ਚੱਲ ਕੇ ਇਸ ਦੇਸ਼ਵਾਸ ਦੀ ਸੇਵਾ ਕਰ ਸਕੀਏ। ਸਤਿ ਸ੍ਰੀ ਅਕਾਲ। ਦੇਖੋ ਜੀ, ਕੀਰਤਨ ਬਹੁਤ ਮਤਲਬ ਕਲਯੁੱਗ ਦਾ ਸਭ ਤੋਂ ਵੱਡਾ ਜਿਹੜਾ ਕਰਮ ਉਹ ਕੀਰਤਨ, ਅਤੇ ਭੈਣੀ ਸਾਹਿਬ ਆ ਕੇ ਜਦੋਂ ਪੁਰਾਤਨ ਸ਼ੈਲੀ ਦੇ ਵਿੱਚ ਕੀਰਤਨ ਸੁਣਨ ਨੂੰ ਮਿਲਦਾ ਤਾਂ ਮਨ ਨੂੰ ਬੜੀ ਤਸੱਲੀ ਹੁੰਦੀ ਹੈ। ਸੋ ਅੱਜ ਮੈਂ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਇਸ ਮੌਕੇ 'ਤੇ ਸਮੂਹ ਗੁਰਸਿੱਖਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ। ਸਤਿਗੁਰੂ ਰਾਮ ਸਿੰਘ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ ਜਿਹੜੇ ਅੰਗਰੇਜ਼ ਜਿਸ ਕੌਮ ਨੂੰ ਕਹਿ ਰਹੇ ਸੀ ਅਸੀਂ ਇਹਨੂੰ ਰਾਜਨੀਤਿਕ ਤੌਰ 'ਤੇ ਖਤਮ ਕਰ ਲਿਆ, ਉਹਨੂੰ ਦੁਬਾਰਾ ਬਸੰਤ ਦੇ ਵਿੱਚ ਉਹਨਾਂ ਨੇ ਆ ਕੇ ਦੁਬਾਰਾ ਰੰਗ ਭਾਗ ਲਾਏ ਉਸ ਤੋਂ। ਸੋ ਉਹਨਾਂ ਨੇ ਬੜੀ ਵੱਡੀ ਦੇਣ ਇਤਿਹਾਸ ਦੇ ਵਿੱਚ। ਉਹਨਾਂ ਨੂੰ ਕੋਈ ਰਾਜ ਲਓ ਤੁਸੀਂ ਲਾਠੀਚਾਰਜ ਕਰਕੇ, ਅਸੀਂ ਉਹ ਕੌਮ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ, ਕਿਸਾਨਾਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਦੇਸ਼ ਦਾ ਹੁਣ ਤਾਂ ਹੀ ਭਰਦੇ ਹਾਂ, ਭਾਵੇਂ ਅਸੀਂ ਆਪਣੀ ਧਰਤੀ ਖਰਾਬ ਕਰ ਲਈ, ਹਵਾ ਖਰਾਬ ਕਰ ਲਈ, ਪਾਣੀ ਖਰਾਬ ਕਰ ਲਿਆ, ਸਿਹਤਾਂ ਖਰਾਬ ਕਰ ਲਈਆਂ ਸਾਡੀਆਂ, ਸਰਹੱਦ 'ਤੇ ਸਾਡੇ ਹੀ ਬੱਚੇ ਆਪਣੀ ਰੱਖਿਆ ਲਈ ਕੁਰਬਾਨੀਆਂ ਦਿੰਦੇ ਆ। ਸੋ ਇਹ ਮਤਲਬ ਉਹਨਾਂ ਨੂੰ ਗੱਲ ਸੁਣੀ ਚਾਹੀਦੀ ਕੇਂਦਰ ਨੂੰ, ਜੇ ਕਿਸਾਨਾਂ ਦੀ ਗੱਲ ਨਹੀਂ ਸੁਣਦੇ ਤਾਂ ਮਤਲਬ ਤੁਸੀਂ ਦੇਸ਼ ਦੀ ਗੱਲ ਨਹੀਂ ਸੁਣਦੇ। ਕਿਸਾਨ ਦੇਸ਼ ਦਾ ਸਭ ਤੋਂ ਵੱਡਾ ਅੰਗ। ਸਰ, ਸਰਕਾਰ ਮਦਦ ਕਰ ਰਹੀ ਹੈ ਉਹਨਾਂ ਦੀ, ਪੰਜਾਬ ਮਦਦ ਕਰ ਰਹੇ ਕਿਸਾਨਾਂ ਦੀ ਆਪਣੇ ਪੱਧਰ 'ਤੇ? ਗੱਲ ਇਹ ਹੈ ਵੀ ਮੈਂ ਕਿਸਾਨ ਦਾ ਪੁੱਤ ਹਾਂ, ਮੈਂ ਉਹਨਾਂ ਦੇ ਨਾਲ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।